ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਖਾਸ ਮੁਲਾਕਾਤ 'ਚ ਤੁਹਾਡਾ ਸਵਾਗਤ ਹੈ ਅਤੇ ਸਵਾਗਤ ਹੈ ਪ੍ਰੋਫੈਸਰ ਸੁਰਿੰਦਰ ਸਿੰਘ ਹੋਰਾਂ ਦਾ। ਪ੍ਰੋਫੈਸਰ ਸੁਰਿੰਦਰ ਸਿੰਘ UK ਰਹਿੰਦੇ ਨੇ, ਰਾਜ ਅਕੈਡਮੀ ਜਿਹੜੀ ਕਿ ਗੁਰਮਤਿ ਸੰਗੀਤ ਨੂੰ ਸਾਰੀ ਦੁਨੀਆ ਦੇ ਵਿੱਚ ਜਿਹਦਾ ਪ੍ਰਸਾਰ ਕਰ ਰਹੀ ਹੈ ਉਹਦੇ ਡਾਇਰੈਕਟਰ ਨੇ। ਥੇਮਸ ਵੈਲੀ ਯੂਨੀਵਰਸਿਟੀ ਲੰਡਨ ਦੇ ਵਿੱਚ ਪ੍ਰੋਫੈਸਰ ਨੇ, ਗੁਰਮਤਿ ਸੰਗੀਤ ਸਿਖਾਉਂਦੇ ਨੇ। ਪ੍ਰੋਫੈਸਰ ਸੁਰਿੰਦਰ ਸਿੰਘ ਹੋਰਾਂ ਦੇ ਸਿਹਰੇ ਦੇ ਵਿੱਚ ਇਹ ਗੱਲ ਜਾਂਦੀ ਹੈ ਉਹਨਾਂ ਦੇ ਕ੍ਰੈਡਿਟ ਦੇ ਵਿੱਚ ਕਿ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਗੁਰਮਤਿ ਸੰਗੀਤ ਜਿਹੜਾ ਹੈ ਉਸਨੂੰ ਤਾਂਤੀ ਸਾਜ਼ਾਂ ਦੇ ਨਾਲ ਜਿਹੜਾ ਪ੍ਰਚਾਰਨ ਦਾ ਕੰਮ ਕੀਤਾ, USA ਦੇ ਵਿੱਚ ਵੀ ਔਰ ਯੂਰਪ ਦੇ ਬਹੁਤ ਸਾਰੇ ਕੰਟਰੀ ਦੇ ਵਿੱਚ ਵੀ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹਨਾਂ ਦੇ ਜ਼ਿਆਦਾ ਜਿਹੜੇ ਵਿਦਿਆਰਥੀ ਨੇ ਉਹ ਨੌਨ ਇੰਡੀਅਨ, ਨੌਨ ਪੰਜਾਬੀ ਅਤੇ ਨੌਨ ਸਿੱਖ ਨੇ, ਅਤੇ ਇਸ ਦੇ ਬਾਵਜੂਦ ਇਹ ਇੰਨਾ ਵਧੀਆ ਕੰਮ ਕਰ ਰਹੇ ਨੇ। ਅੱਜ ਅਸੀਂ ਇਸ ਖਾਸ ਮੁਲਾਕਾਤ ਦੇ ਵਿੱਚ ਪ੍ਰੈਸ ਸਾਹਿਬ ਨਾਲ ਗੱਲਾਂ ਕਰਾਂਗੇ। ਪ੍ਰੈਸ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਇੱਕ ਜਿਹੜੀ ਅੱਜ ਦੀ ਮੁਲਾਕਾਤ ਹੈ, ਮੈਂ ਇੱਕ ਖਾਸ ਬੁਨਿਆਦੀ ਨੁਕਤੇ ਤੋਂ ਸ਼ੁਰੂ ਕਰਨੇ ਚਾਹੁੰਦਾ। ਪ੍ਰੈਸ ਸਾਹਿਬ, ਓਸ਼ੋ ਨੇ ਇੱਕੋ ਇੱਕ ਕਿਤਾਬ ਜਿਹੜੀ ਹੈ ਲਿਖੀ ਹੈ, ਇੱਕ ਓਂਕਾਰ ਸਤਨਾਮ, ਜਿਹੜੀ ਸਿੱਖੀ ਦੇ ਹਵਾਲੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈ ਹਰ ਇੱਕ ਰਿਲੀਜਨ 'ਤੇ ਟਿੱਪਣੀਆਂ ਕੀਤੀਆਂ ਨੇ। ਔਰ ਜਦੋਂ ਬਾਬਾ ਨਾਨਕ ਅਤੇ ਜਪੁਜੀ ਸਾਹਿਬ 'ਤੇ ਜਦੋਂ ਟਿੱਪਣੀ ਕਰਦੇ ਨੇ, ਉਹਦਾ ਇੱਕ ਸੈਂਟੈਂਸ, ਪਹਿਲਾ ਸੈਂਟੈਂਸ ਹੈ, ਬਾਬਾ ਨਾਨਕ ਨੇ ਗਾ ਕੇ ਪਾ ਲਿਆ ਜੀ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਕੀ ਕਹਿਣਾ ਚਾਹੁੰਦੇ? ਬਿਲਕੁਲ ਠੀਕ ਹੈ, ਗੁਰੂ ਨਾਨਕ ਪਾਤਸ਼ਾਹ ਉਹ ਆਪ ਇਸ ਗੱਲ ਦਾ ਐਵੀਡੈਂਸ ਦਿੰਦੇ ਨੇ। ਜਦੋਂ ਅਸੀਂ ਜਪ ਦੀ ਬਾਣੀ ਪੜ੍ਹਦੇ ਹਾਂ, ਜਿਹਨੂੰ ਜਪਜੀ ਵੀ ਆਪਾਂ ਕਹਿੰਦੇ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗਾਵੇ ਸੁਣਿਆ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾ। ਜਿਹਨੂੰ ਆਰਾਮ ਆਇਆ ਹੋਏਗਾ ਉਹੀ ਕਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸੁਣਿਆ ਦੁੱਖ ਪਾਪ ਕਾ ਨਾਸ। ਹੁਣ ਗਾਵੇ ਅਤੇ ਸੁਣਿਆ ਦੇ ਕੋਨਸੈਪਟ ਨੂੰ ਜਦੋਂ ਆਪਾਂ ਰਲਾਉਂਦੇ ਹਾਂ, ਇਹ ਦੋਨੋਂ ਨੈਗੇਟਿਵ ਅਤੇ ਪੋਜ਼ਿਟਿਵ ਐਂਡਸ ਨੂੰ, ਇੱਕ ਜਿਹੜੀ ਮੈਗਨੈਟਿਕ ਫੀਲਡ ਜਿਹੜਾ ਤਿਆਰ ਹੁੰਦਾ ਹੈ, ਉਹ ਭਾਓ ਦਾ, ਪ੍ਰੀਤ ਦਾ, ਪ੍ਰੇਮਾ ਭਗਤੀ ਦਾ, ਉਹਦੇ ਨਾਲ ਫਿਰ ਜਦੋਂ ਤੁਸੀਂ ਪ੍ਰੇਮ 'ਚ ਰੱਤੇ, ਜੋ ਮੰਗਦੇ ਹਾਂ, ਜੋ ਚਾਹੁੰਦੇ ਹਾਂ, ਸਭ ਕੁਛ ਇੱਦਾਂ ਹੀ ਮਿਲਦਾ। ਬਟ ਸਿੱਖੀ ਦੀ ਜਿਹੜੀ ਮੈਡੀਟੇਸ਼ਨ ਹੈ ਉਹ ਸ਼ਬਦ ਗਾਇਨ, ਸਿੱਖੀ ਦੀ ਮੈਡੀਟੇਸ਼ਨ ਦੇ ਬਹੁਤ ਸਾਰੇ ਜਿਹੜੇ ਵੱਖਰੇ ਵੱਖਰੇ ਐਸਪੈਕਟਸ ਹਨ। ਜਿੱਦਾਂ ਆਪਾਂ ਟ੍ਰਾਈਐਂਗਲ ਲਾ ਲਈਏ, ਕਹਿੰਦੇ ਨੇ ਹਿੰਦੁਸਤਾਨ ਵਿੱਚ ਸਿੱਖ ਧਰਮ ਦੇ ਆਉਣ ਤੋਂ ਪਹਿਲਾਂ ਜਿਹੜਾ ਜਿਹੜਾ ਤਾਂਤਰਿਕ ਸਿਸਟਮ ਸੀਗਾ, ਉਹਦੇ ਵਿੱਚ ਯੰਤਰ, ਤੰਤਰ ਅਤੇ ਮੰਤਰ, ਇਹ ਐਜੂਕੇਸ਼ਨਲ ਕੋਨਸੈਪਟ ਸੀ। ਸੋ ਯੰਤਰ, ਤੰਤਰ ਐਂਡ ਮੰਤਰ, ਇਸੇ ਤਰ੍ਹਾਂ ਜ਼ਿੰਦਗੀ ਦੇ ਵੀ ਤਿੰਨ ਹਿੱਸੇ ਨੇ ਸਾਡੇ। ਅਸੀਂ ਤਿੰਨ ਜਿਹੜੇ ਪੱਖ ਨੇ, ਜਿਹੜੇ ਤਿੰਨ ਪਿੱਲਰ ਨੇ, ਉਹਨਾਂ ਨੂੰ ਹਮੇਸ਼ਾ ਹੀ ਐਜੂਕੇਸ਼ਨ ਵੱਲੋਂ ਸਾਨੂੰ ਦਿਖਾਇਆ ਗਿਆ। ਇੱਕ ਤਾਂ ਫਿਜ਼ੀਕਲ ਕੋਨਸੈਪਟ, ਇੱਕ ਮੈਂਟਲ ਕੋਨਸੈਪਟ, ਇੱਕ ਸਪਿਰਿਚੁਅਲ, ਇੱਕ ਅਧਿਆਤਮਿਕ, ਇੱਕ ਸਮਾਜਿਕ, ਅਤੇ ਜਿਹੜਾ ਅਸੀਂ ਇਕਨੋਮਿਕਲ ਸਾਡਾ ਸਟਰਕਚਰ ਹੈ, ਇੱਕ ਸਾਡਾ ਸਰੀਰਕ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਪ ਦੀ ਬਾਣੀ ਸੀ, ਕਹਿੰਦੇ ਨੇ, ਜੇ ਬੰਦਾ ਇਹ ਤਿੰਨਾਂ ਦੇ ਵਿੱਚ ਤਾਲਮੇਲ ਪੈਦਾ ਕਰ ਲਵੇ, ਚੌਥੀ ਡਾਇਮੈਂਸ਼ਨ ਉਹਨੂੰ ਆਪਣੇ ਆਪ ਜਿਹੜੀ ਸਹਿਜ ਦੀ, ਜਿਹੜੀ ਸਤਿਗੁਰੂ ਦੀ, ਜਿਹੜੀ ਅਕਾਲ ਪੁਰਖ ਦੀ, ਉਹ ਆਪਣੇ ਆਪ ਕਲੀਅਰ ਹੋ ਜਾਂਦੀ ਹੈ। ਕਰਮ ਖੰਡ, ਧਰਮ ਖੰਡ, ਸਰਮ ਖੰਡ, ਸੱਚ ਖੰਡ, ਉਹ ਸਾਰੇ ਖੰਡ ਸਤਿਗੁਰੂ ਨੇ ਦੇਖੋ ਕਿੱਥੇ ਲਿਜਾ ਕੇ, ਕਿੰਨੇ ਨਿਰਣਾਇਕ ਢੰਗ ਨਾਲ। ਅਸੀਂ ਜਪ ਜੀ ਨੂੰ ਕਦੀ ਗੌਰੇ ਨਹੀਂ, ਅਸੀਂ ਤੇਜ਼ ਤੇਜ਼ ਪੜ੍ਹ ਕੇ ਚਲੀ ਜਾਂਦੇ, ਜੇ ਅਸੀਂ ਕਦੀ ਇੱਕ ਇੱਕ ਅੱਖਰ ਲੈ ਕੇ ਚਿੱਠੀਏ ਤਾਂ ਸਾਨੂੰ ਪਤਾ ਲੱਗੇ ਕਿੰਨਾ ਸੁੱਖ ਹੈ ਰੱਬ ਨੂੰ ਪਾਉਣਾ ਜੀ। ਹਾਂਜੀ, ਜਿਹੜਾ ਅੰਦਰ ਬੈਠਾ ਹੈ ਉਹਨੂੰ ਬਾਹਰ ਕਿਉਂ ਲੱਭਦੇ? ਜਿਹਨੂੰ ਅਸੀਂ ਜਿਹੜੀ ਤੁਹਾਡੇ ਫੀਲਡ ਦੀ ਗੱਲ ਕਰਨੀ ਹੈ ਉਹ ਇਹ ਹੈ ਕਿ ਸੰਗੀਤ ਨਾਲ, ਬਾਬੇ ਦਾ ਜੋ ਰਿਸ਼ਤਾ ਸੰਗੀਤ ਨਾਲ ਹੈ, ਜੋ ਬਾਬੇ ਨੇ ਸਾਨੂੰ ਸੰਗੀਤ ਦਿੱਤਾ, ਅਤੇ ਮੇਰਾ ਖਿਆਲ ਨਹੀਂ ਇਸ ਧਰਤੀ 'ਤੇ
ਇੰਨਾ ਜ਼ਿਆਦਾ ਸੰਗੀਤ ਕਿਤੇ ਹੋਰ ਹੋਵੇ ਜਿੰਨਾ ਮਤਲਬ ਅਸੀਂ ਦੇਖਦੇ ਹਾਂ। ਹਿੰਦੁਸਤਾਨ ਦੇ ਸੰਗੀਤ ਦੀ ਗੁੰਜਾਰ ਹਜੇ ਤੱਕ ਵੀ ਬਾਹਰਲੇ ਮੁਲਕਾਂ 'ਚ ਪੈਂਦੀ ਹੈ, ਦੁਨੀਆ ਯਾਦ ਕਰਦੀ ਹੈ ਹਿੰਦੁਸਤਾਨੀ ਸੰਗੀਤ ਨੂੰ, ਪਰ ਮੇਰੇ ਖਿਆਲ 'ਚ ਜੇ ਥੋੜ੍ਹੀ ਜਿਹੀ ਗੁਰਮਤ ਸੰਗੀਤ ਦੀ ਗੱਲ ਕਰਾਂ, ਜੇ ਥੋੜ੍ਹੀ ਜਿਹੀ ਤੁਸੀਂ ਖਿਆਲ ਨਾਲ ਵੇਖੋ ਅਤੇ ਜੇ ਗੁਰੂ ਨਾਨਕ ਬਾਬਾ ਨਾ ਹੁੰਦਾ, ਜੇ ਗੁਰੂ ਅਰਜਨ ਪਾਤਸ਼ਾਹ ਕਿਰਪਾ ਨਾ ਕਰਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਹ ਐਡੀਟਿੰਗ ਕਰਕੇ ਸਾਨੂੰ ਨਾ ਦਿੰਦੇ, ਤਾਂ ਹਿੰਦੁਸਤਾਨ ਦੇ ਮਿਊਜ਼ਿਕ ਦੇ ਕੋਲ ਅੱਜ ਕੁਛ ਵੀ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 60 ਰਾਗ, ਉਹਨਾਂ 'ਚੋਂ 28 ਰਾਗ ਜਿਹੜੇ ਮੇਨ ਸਟ੍ਰੀਮ ਭਗਤੀ ਸੰਗੀਤ ਦੇ ਰਾਗ ਉਹ, ਅਤੇ ਜਿਹੜੇ 32 ਰਾਗ ਨੇ ਨਾ ਉਹ ਗੁਰੂ ਮਹਾਰਾਜ ਦੀ ਆਪਣੀ ਕ੍ਰੀਏਸ਼ਨ ਹੈ। ਇਹ ਗੱਲ ਤਾਂ ਸਾਬਤ ਨਹੀਂ ਹੁੰਦੀ, ਮੈਂ ਕਰ ਨਹੀਂ ਸਕਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਗ ਆਸਾ ਬਣਾਇਆ, ਕਿਉਂਕਿ ਪਹਿਲਾ ਰੈਫਰੈਂਸ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ, ਇਸ ਕਰਕੇ ਐਕੇਡਮੀਆ ਜਿਹੜਾ ਕਹਿੰਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਗ ਆਸਾ ਦੀ ਸਿਰਜਣਾ ਕੀਤੀ, ਅਤੇ ਬਾਬਾ ਸ਼ੇਖ ਫਰੀਦ ਦੀ ਬਾਣੀ ਜਾਂ ਬਾਬੇ ਨਾਨਕ ਦੀ ਬਾਣੀ ਉਹਦੇ 'ਚ ਪਾਈ, ਪਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਇਹ ਪਿਰਤ ਜ਼ਰੂਰ ਸ਼ੁਰੂ ਕੀਤੀ ਕਿ ਅੰਦਰਲੇ ਹਾਵ ਭਾਵ ਜਿਹੜੇ ਬੋਲ ਕੇ ਭਾਸ਼ਾ ਦੇ ਵਿੱਤ ਤੋਂ ਬਾਹਰ ਜਿਹੜੇ ਉਹਨਾਂ ਨੂੰ ਕਿੱਦਾਂ ਮਹਿਸੂਸ ਕਰਵਾਉਣਾ, ਕੌਡੇ ਰਾਕਸ਼ਸ ਤੱਕ ਕਿਵੇਂ ਉਹਦੇ ਦਿਲ 'ਚ ਵੜਨਾ, ਸੱਜਣ ਠੱਗ ਨੂੰ ਕਿਹੋ ਜਿਹੀ ਗੱਲ ਸੁਣਾ ਕੇ ਸਤਿਗੁਰੂ ਦੇ ਕੋਲ ਲੈ ਕੇ ਆਉਣਾ, ਇਹ ਗੁਰੂ ਨਾਨਕ ਹੀ ਜਾਣਦੇ ਸਨ। ਉਹਨਾਂ ਦੀ ਜਿਹੜੀ ਕਮਿਊਨੀਕੇਸ਼ਨ ਦੀ ਆਰਟ ਆਫ ਕਮਿਊਨੀਕੇਸ਼ਨ, ਸਿੱਖੀ ਇਸ ਦਾ ਆਰਟ ਆਫ ਲਾਈਫ ਐਂਡ ਕੀਰਤਨ ਇਸ ਦਾ ਆਰਟ ਆਫ ਕਮਿਊਨੀਕੇਸ਼ਨ, ਗਾ ਕੇ ਹੀ ਪਾਇਆ ਜਾ ਸਕਦਾ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ ਮੇਰੇ ਸਾਜਨ ਨਾਮ ਜਪੀ,
नमो सुख सार नाम जपो मेरे साजन सैना नाम जपो मेरे साजन सैना नाम जपो मेरे साजन। प्रोफेसर सुरेंद्र सिंह ਜਿਹੜੀ ਆਰਟ ਆਫ ਲਿਵਿੰਗ ਦੀ ਗੱਲ ਕਰਦੇ, ਜਿਹੜੀ ਸਿੱਖੀ ਦੀ ਆਰਟ ਆਫ ਕਮਿਊਨੀਕੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ, ਉਹ ਸਾਰੀ ਦੁਨੀਆ 'ਚ ਲੈ ਕੇ ਗਏ। ਉਹਨਾਂ ਨੇ ਕਈ ਗੱਲ ਕਹੀ, ਮੇਰੇ ਯਾਦ ਹੈ ਜਦੋਂ ਮੈਂ ਤੁਹਾਡੇ ਉਹ ਪ੍ਰੋਗਰਾਮ ਦੇਖੇ ਨੇ, ਸੁਣੇ ਨੇ ਉਸ ਕੀਰਤਨ, ਜਦੋਂ 300 ਸਾਲਾਂ ਅਸੀਂ ਮਨਾਇਆ, ਉਦੋਂ ਤੁਸੀਂ ਗੱਲ ਕਹੀ ਸੀ ਕਿ ਸ਼ਬਦ ਗੁਰੂ ਦਾ, ਸਾਜ਼ ਗੁਰੂ ਦੇ। ਇਹ ਜਿਹੜੇ ਸਾਜ਼ 'ਤੇ ਤੁਸੀਂ ਜ਼ੋਰ ਦਿੱਤਾ, ਸ਼ਬਦ ਦੀ ਗੱਲ ਹੋ ਗਈ, ਰਾਗਾਂ ਦੀ ਗੱਲ ਹੋ ਗਈ, ਸਾਜ਼ ਦਾ ਜ਼ੋਰ ਦੇਣ ਦਾ ਕੀ ਉਹਦੇ ਪਿੱਛੇ ਅਹਿਮੀਅਤ? ਵਾਲੇ ਸਾਹਿਬ, ਐਕਚੁਅਲੀ ਅਸਲ ਦੇ ਵਿੱਚ ਗੱਲ ਇਹ, ਮੈਂ ਕਦੀ ਵੈਸੇ ਸਾਜ਼ 'ਤੇ ਜ਼ੋਰ ਦਿੱਤਾ ਨਹੀਂ ਸੀ, ਪਰ ਉਹ ਧੱਕੇ ਨਾਲ ਜਿਹੜੀ ਮਿਲ ਗਈ ਹੈ, ਵਾਹਵਾ ਉਹਨੂੰ ਸੰਗਤ ਦਾ ਪਿਆਰ ਲਾ ਲਓ, ਵੱਡਿਆਂ ਦੀਆਂ ਅਸੀਸਾਂ, ਮੇਰਾ ਜ਼ੋਰ ਹਮੇਸ਼ਾ ਹੀ ਜਿਹੜਾ ਨਿਰਧਾਰਤ ਰਾਗ 'ਤੇ ਰਿਹਾ। ਮੈਂ ਕਹਿੰਦਾ ਰਾਗ ਨੂੰ ਛੱਡੋ, ਗਾਉਣੇ ਨੂੰ ਛੱਡੋ, ਜੁਗਾੜ ਛੱਡੋ, ਜੋ ਸਤਿਗੁਰੂ ਦਾ ਹੁਕਮ ਹੈ ਨਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕੰਮ ਹਲ ਪਾਈ ਸੀ। ਜੇ ਸਤਿਗੁਰੂ ਪਾਤਸ਼ਾਹ ਕਹਿੰਦੇ ਰਾਮਕਲੀ ਮਹਲਾ ਤੀਜਾ, ਫਿਰ ਆਪਾਂ ਰਾਮਕਲੀ 'ਚ ਗਾ ਲਈਏ, ਫਿਰ ਆਪਾਂ ਆਪਣੇ ਮਨ ਦੀ ਮੱਤ ਕਿਉਂ ਕਰਨੀ? ਅਤੇ ਫਿਰ ਮੈਂ ਇੱਕ ਦਿਨ ਬੈਠਾ, ਇੱਦਾਂ ਮੇਰੇ ਸਕੂਲ ਹਜੇ ਚੱਲ ਰਹੇ ਸਨ UK 'ਚ, ਮੈਂ ਸੋਚਾਂ ਬੈਠਾ ਸਤਿਗੁਰੂ ਸੱਚੇ ਪਾਤਸ਼ਾਹ ਜੇ ਇੰਨਾ ਕੁ ਥੋੜ੍ਹੀ ਜਿਹੀ ਸੁਰਤ ਦੇਣੀ ਸੀ ਅਤੇ ਫਿਰ ਤੇਰੇ ਦਰਬਾਰ 'ਚ ਕੀਰਤਨ ਕਿੱਦਾਂ ਹੁੰਦਾ ਹੋਊ? ਉਹਨੇ ਆਪਣੇ ਆਪ ਹੀ ਵਿਧ ਬਣਾ ਦੀ। ਮੇਰੇ ਘਰ ਉੱਪਰਨ ਤੋਂ ਪਹਿਲਾਂ ਹੀ ਜਿਹੜੇ ਮੇਰੇ ਉਸਤਾਦ ਨੇ ਤੰਤੀ ਸਾਜ਼ ਦੇ, ਉਹ ਉੱਥੇ ਖੜ੍ਹੇ ਸੀ ਬਾਹਰ, ਅਤੇ ਮੈਂ ਸਤਿਗੁਰੂ ਦਾ ਜਿਹੜਾ ਗੁਰਪ੍ਰਸਾਦ ਜਾਣ ਕੇ ਮੈਂ ਉਹਨਾਂ ਨੂੰ ਸਿਰ ਝੁਕਾਇਆ, ਉਹਨਾਂ ਤੋਂ ਵਾਦਨ ਦੀ ਸਿੱਖਿਆ ਲਈ। ਉਹ ਨਾਮਧਾਰੀ ਨੇ ਉਸਤਾਦ ਸੁਰਜੀਤ ਸਿੰਘ ਜੀ, ਉਹਨਾਂ ਦੀ ਬਦੌਲਤ ਜਿਹੜੇ ਸਰੰਦਾ, ਸਰੰਗੀ, ਤਾਊਸ, ਮੈਨੂੰ ਮੌਕਾ ਮਿਲਿਆ ਫਰਾਂਸ ਦੇ ਮਿਊਜ਼ੀਅਮ ਜਾਂ ਇੰਗਲੈਂਡ ਦੇ ਮਿਊਜ਼ੀਅਮ 'ਚੋਂ ਉਹਨਾਂ 'ਚ ਗ੍ਰਿਡਸ ਨੂੰ ਕਢਾਇਆ, ਫਿਰ ਉਹਨਾਂ ਦੀ ਵਾਦਨ ਸ਼ੈਲੀ ਜਿਹੜੀ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਪਰ ਗੁਰੂ ਦੀ ਕਿਰਪਾ ਦੇਖ ਲਓ ਵੀ ਉਹ ਪੱਲੇ ਪੈਣੀ ਸੀ ਗੱਲ। ਅੱਜ ਸਾਡੇ ਕੋਲ 13,019 ਜਿਹੜੇ ਸਾਡੇ ਸਾਜ਼ ਨੇ, ਜਿਹੜੇ ਅਕੈਡਮੀ ਨੇ, ਬਾਰ ਪ੍ਰਦਾਨ ਕੀਤੇ ਆਪਣੇ ਸਟੂਡੈਂਟਸ ਨੂੰ, 3,059 ਸਟੂਡੈਂਟ ਸਾਡੇ ਇਸ ਵੇਲੇ ਐਕਟਿਵ ਜਿਹੜੇ ਹੈਗੇ ਆ ਸਾਡੇ ਨਾਲ। ਰਾਜ ਅਕੈਡਮੀ ਨੇ ਜਿਹੜੇ 13,000 ਤੋਂ ਵੱਧ ਤੁਸੀਂ ਦੱਸ ਰਹੇ ਹੋ ਹਾਂਜੀ ਸਾਜ਼ ਦਿੱਤੇ ਸਾਰੀ ਦੁਨੀਆ 'ਚ, ਇੰਡੀਆ ਤੋਂ ਇਲਾਵਾ? ਇੰਡੀਆ ਤੋਂ ਇਲਾਵਾ। ਅਤੇ ਫਿਰ ਤਿਆਰ ਕਿੱਥੇ ਹੁੰਦੇ ਨੇ? ਇੰਡੀਆ 'ਚ, ਅਤੇ ਉੱਧਰ ਜਾ ਰਹੇ ਨੇ? ਮੇਰਾ ਦੇਸ਼ ਮਹਾਨ, ਹਾਂਜੀ ਉੱਧਰ ਜਾ ਰਹੇ ਨੇ। ਇੱਥੇ ਆ ਕੇ ਜਿਹੜਾ ਇੱਕ ਹੋਰ ਸਵਾਲ ਉੱਠਦਾ, ਤੁਸੀਂ ਤੰਤੀ ਸਾਜ਼ਾਂ ਦੀ ਗੱਲ ਕੀਤੀ ਹੈ, ਬਾਬਾ ਮਰਦਾਨਾ ਜਿਹੜਾ ਹੈ, ਭਾਈ ਮਰਦਾਨਾ ਦੀ ਜਿਹੜੀ ਰਬਾਬ ਤੋਂ ਇਲਾਵਾ, ਬਾਬੇ ਦੀ ਰਬਾਬ ਨੂੰ ਤਾਂ ਸਾਰੇ ਜਾਣਦੇ ਨੇ ਹਾਂਜੀ, ਲੇਕਿਨ ਹੋਰ ਕਿਹੜੇ ਜਿਹੜੇ ਸਿੱਖੀ ਦੇ ਬਿਲਕੁਲ ਇਹਨਾਂ ਦੇ ਜਿਹੜੇ ਆਪਣੇ ਸਾਜ਼ ਨੇ ਉਹ ਕਿਹੜੇ ਨੇ? ਮੈਨੂੰ ਸੋਚ ਕੇ ਠੰਡੇ ਠੰਡੇ ਹੋ ਕੇ ਆਉਂਦੇ ਵੈਸੇ ਵਾਲੀਆ ਸਾਹਿਬ, ਵੀ ਰਬਾਬ ਨੂੰ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਪੰਜਾਬੀ ਜੀ, ਉਹਨਾਂ ਸਿੱਟ ਤਾਂ ਸਭ ਕੁਛ, ਰਬਾਬ ਨੂੰ ਵੀ ਨਹੀਂ ਜਾਣਦੇ। ਅਫਗਾਨੀਆਂ ਦੀ ਰਬਾਬ ਫੜੀ ਹੁੰਦੀ ਹੈ, ਕਹਿੰਦੇ ਫਿਰ ਇੰਡੀਆ ਰਬਾਬ ਹੈ, ਕਸ਼ਮੀਰੀ ਰਬਾਬ ਫੜ ਕੇ ਉਹਦੇ ਨਾਲ ਬੱਚੇ, ਹੁਣ ਜਿਹੜੇ ਭਾਈ ਮਰਦਾਨੇ ਦੀ ਰਬਾਬ ਵੱਖਰੀ ਹੈ, ਜਿਹਦੇ ਤੋਂ ਸਰੋਤ ਪੈਦਾ ਹੋਇਆ ਜੀ, ਜਿਹੜਾ ਹੁਣ ਅੱਜ ਮੌਜੂਦਾ ਦੌਰ 'ਤੇ ਜੇ ਉਹਦੀ ਪਲੇਟ ਲਾ ਦਈਏ ਅਤੇ ਉਹਦੀਆਂ ਮੈਟਲ ਤਾਰਾਂ ਲਾ ਦਈਏ, ਗੱਠ ਦੀ ਤਾਰ ਲਾ ਦਈਏ ਉਹਦੇ 'ਤੇ, ਉਹ ਭਾਈ ਫਰੰਦੇ ਦੀ 2.5-3 ਕਿਲੋ ਦੀ ਰਬਾਬ ਮੋਢੇ 'ਤੇ ਪਾ ਕੇ ਬਾਬਾ ਨਾਨਕ ਅਤੇ ਉਹਦੇ ਨਾਲ ਉਹਦਾ ਪਰਛਾਵਾਂ, ਹਾਂਜੀ ਭਾਈ ਮਰਦਾਨੇ, ਹਾਂਜੀ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਦਾ ਬਣਾਇਆ
13 12 13 ਸਾਲ ਦੀ ਉਮਰ ਹੋਣੀ ਹੈ ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਕਾਲ ਵਿੱਚ ਛੋਟੀ ਉਮਰੇ ਇੱਕ ਚਬਾੜਾ ਸਾਹਿਬ ਗੁਰਦੁਆਰਾ ਹੈ ਗੋਇੰਦਵਾਲ ਵਿੱਚ ਉੱਥੇ ਤੁਹਾਨੂੰ ਇਹ ਐਵੀਡੈਂਸ ਪ੍ਰੋਵਾਈਡ ਹੋ ਜਾਂਦਾ ਉਹ ਤਾਂ ਇੱਕ ਮੁਸਲਮਾਨ ਆਰਟਿਸਟ ਨੇ ਹੋਰ ਗਵਾਹੀ ਵੀ ਦਿੱਤੀ ਹੈ ਪਰ ਆਪਾਂ ਯਾਨੀ ਮੁਸਲਮਾਨ ਰਾਈਟਰਾਂ ਦੇ ਮਗਰ ਪੈ ਕੇ ਜਿੱਦਾਂ ਮਤਲਬ ਕਹਿੰਦੇ ਨੇ ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ ਸੋ ਇਸ ਕਰਕੇ ਸਾਨੂੰ ਮੁਸਲਮਾਨਾਂ ਦੀਆਂ ਦਿੱਤੀਆਂ ਹੋਈਆਂ ਕੋਟੇਸ਼ਨਸ ਜਿਹੜੀਆਂ ਜਾਂ ਗੋਰਿਆਂ ਦੇ ਦਿੱਤੇ ਹੋਏ ਪ੍ਰਮਾਣ ਸਾਨੂੰ ਜ਼ਿਆਦਾ ਸੱਚੇ ਲੱਗਦੇ ਨੇ ਅਤੇ ਅਸੀਂ ਕਦੀ ਤੱਥ ਨੂੰ ਗੱਲ ਤੋਂ ਪਰਾਂ ਹੋ ਕੇ ਪਰੋਖਿਆ ਨਹੀਂ ਮੈਂ ਇੱਕ ਗੱਲ ਇਸੇ ਸੰਦਰਭ 'ਚ ਕਹਿਣੀ ਚਾਹਾਂਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਦਾ ਅਤੇ ਸੱਤੇ ਅਤੇ ਬਲਵੰਡ ਨੇ ਜੋੜੀ ਜਿਹੜੀ ਮਰਦੰਗ ਨੂੰ ਕੱਟ ਕੇ ਦੋ ਹਿੱਸਿਆਂ 'ਚ ਤਬਲਾ ਜਦੋਂ ਨਿਕਲਿਆ ਜੋੜੀ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਰਾਂ ਗਾਉਣ ਨੂੰ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 9 ਧੁਰੀਆਂ ਇਹਨਾਂ ਨੂੰ ਪ੍ਰਮੋਟ ਕਰਨ ਲਈ ਸਰੰਗੀ ਜਿਹੜੀ ਵਰਤੀ ਰਾਵਣ ਨੇ ਬਣਾਈ ਸੀ 5000 BC 5000 ਕ੍ਰਾਈਸਟ ਦੇ ਆਉਣ ਤੋਂ ਪਹਿਲਾਂ ਇਹ ਪਹਿਲਾਂ ਦੀ ਗੱਲ ਹੈ ਉਹਨੇ ਬਣਾਈ ਸੀ ਇਹਨਾਂ ਨੇ ਰਿਵਾਈਵ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਿਵਾਈਵ ਕੀਤੀ ਜੇ ਅੱਜ ਸਰੰਗੀ ਵੱਜਦੀ ਹੈ ਨਾ ਦੁਨੀਆ ਦੇ ਵਿੱਚ ਢੱਡ ਸਾਨਗੀ ਜਾਂ ਸਰੰਗੀ 100 ਰੂਪ ਨੇ ਸਰੰਗੀ ਦੇ 12 ਗਾਈਆਂ ਜਾਂਦੀਆਂ ਨੇ ਤਾਲਾ ਹਾਂਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੇ ਪੰਜਾਬੀ ਤਾਊਸ ਤੇ ਦਿਲਰੁਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਗੱਲ ਅਸਲ ਦੇ ਵਿੱਚ ਇਹਦਾ ਮਤਲਬ ਇਹ ਹੋ ਗਿਆ ਕਿ ਰਬਾਬ ਹਾਂਜੀ ਤਾਊਸ ਸਰੰਗੀ ਸਰੰਦਾ ਸਰੰਗੀ ਜੋੜੀ ਤੇ ਦਿਲਰੁਬਾ ਇਹ ਸਾਜ਼ ਤੁਹਾਡੇ ਜਿਹੜੇ ਬਾਹਰ ਗਏ ਨੇ ਅਸੀਂ ਸਿਰਫ ਤੇ ਸਿਰਫ ਇਹ 6 ਸਾਜ ਹੀ ਗਾਉਣਾ ਕੰਪਲਸਰੀ ਹੈ ਚਾਹੇ ਕੋਈ ਗੋਰਾ ਹੈ ਚਾਹੇ ਕਾਲਾ ਜੇ ਕੋਈ ਪਾਰਸ਼ਲੀ ਡੈਫ ਵੀ ਹੈ ਨਾ ਗਾਉਣਾ ਕੰਪਲਸਰੀ ਹੈ 99% ਉਹ ਗਾਉਣੇ ਦੀ ਤਲੀਮ ਹੈ ਜੇ ਕਿਉਂ ਜੇ ਸ਼ਬਦ ਹੀ ਨਹੀਂ ਪੜਿਆ ਫਿਰ ਕੀ ਕਰਨਾ ਸਾਜਾਂ ਨੂੰ ਮੈਂ ਤੁਹਾਡੇ ਜਿਹੜੇ ਸਟੂਡੈਂਟਸ ਨੇ ਖਾਸ ਤੌਰ 'ਤੇ ਯੂਰਪੀਅਨ ਸਟੂਡੈਂਟਸ ਨੇ ਜਿਹੜੇ ਇੰਗਲੈਂਡ ਤੋਂ ਆਇਰਲੈਂਡ ਤੋਂ ਉਹ ਮੈਂ ਸੁਣੇ ਨੇ ਉਹਨਾਂ ਬੀਬੀਆਂ ਨੂੰ ਗਾਉਂਦੇ ਸੁਣੇ ਬੜੇ ਦਿਲ ਤੋਂ ਗਾਉਂਦੇ ਨੇ ਉਹਨਾਂ ਬਾਰੇ ਵੀ ਸਵਾਲ ਕਰਨਾ ਵੀ ਉਹ ਸਮਝਦੇ ਨੇ ਗੁਰਮੁਖੀ ਕਿ ਨਹੀਂ ਉਹ ਬਾਅਦ 'ਚ ਕਰੂੰਗਾ ਦੂਜਾ ਪਹਿਲਾ ਸਵਾਲ ਇਹ ਹੈ ਕਿ ਉਹ ਸਾਰੇ ਤੰਤੀ ਸਾਜ਼ਾਂ 'ਤੇ ਕੀਰਤਨ ਕਰ ਰਹੇ ਸੀ ਲੇਕਿਨ ਸਾਡੇ ਬਹੁਤ ਸਾਰੇ ਰਾਗੀ ਨੇ ਜਿਹੜੇ ਜਿਹੜੇ ਵੱਡੇ ਨਾਮੀ ਰਾਗੀ ਨੇ ਮੈਂ ਸਮਝਦਾ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹੈ ਅਤੇ ਬਹੁਤ ਵਧੀਆ ਕੀਰਤਨ ਕਰ ਰਹੇ ਨੇ ਰਾਗਾਂ 'ਚ ਵੀ ਕੀਰਤਨ ਕਰ ਰਹੇ ਨੇ ਉਹ ਹਰਮੋਨੀਅਮ 'ਤੇ ਕੀਰਤਨ ਕਰਦੇ ਨੇ ਹਰਮੋਨੀਅਮ 'ਤੇ ਇਹ ਕੀਰਤਨ ਦੇ ਵਿੱਚ ਕੀ ਫਰਕ ਹੈ ਫਲੀ ਸਾਹਿਬ ਬਹੁਤ ਛੋਟੀ ਜਿਹੀ ਗੱਲ ਜਿਹੜੀ ਮੀਂਡ ਅਤੇ ਗਮਕ ਇੱਕ ਦੋ ਟਰਮੀਨੋਲੋਜੀ ਸਨ ਮੀਂਡ ਜਿਹੜੀ ਹੈਗੀ ਮੈਂ ਥੋੜ੍ਹੀ ਜਿਹੀ ਤੁਹਾਨੂੰ ਉਦਾਂ ਹੀ ਜਸਟ ਬੋਲ ਕੇ ਐਗਜ਼ਾਮਪਲ ਦੇ ਦਿੰਦਾ ਜਿੱਦਾਂ ਹੁਣ ਸਾਰੇਗਾ ਆ ਸਿੱਧੇ ਸਿੱਧੇ ਨੋਟ ਜਿਹੜੇ ਵਾਜੇ 'ਤੇ ਨਿਕਲ ਸਕਦੇ ਜੇ ਸਾਰੇਗਾ ਹੁਣ ਜਿਹੜਾ ਸਾਜ਼ ਹੈ ਡਿਲੀਵਰ ਹੀ ਨਹੀਂ ਕਰ ਸਕਦਾ ਉਹ ਤੁਹਾਡੀ ਆਵਾਜ਼ ਦਾ ਪਰਛਾਵਾਂ ਕਿਵੇਂ ਬਣੇਗਾ ਅਤੇ ਜੇ ਤੁਹਾਡੀ ਆਵਾਜ਼ ਦਾ ਪਰਛਾਵਾਂ ਸਾਜ਼ ਨਹੀਂ ਬਣਿਆ ਤੁਹਾਡੀ ਆਵਾਜ਼ ਬਾਬੇ ਗੁਰੂ ਨਾਨਕ ਦੀ ਬਾਣੀ ਦਾ ਪਰਛਾਵਾਂ ਕਿਵੇਂ ਬਣੇਗੀ ਫਿਰ ਤਾਂ ਹੋਇਆ ਹੀ ਨਹੀਂ ਫਿਰ ਗਾਵੇ ਫਿਰ ਤਾਂ ਜਗਾੜ ਹੋ ਗਿਆ ਫਿਰ ਇਹ ਪਾਪੂਲਰ ਕਿਉਂ ਨਹੀਂ ਹੋਏ ਦੇਖੋ ਜਿਹੜੀ ਕਹਿੰਦੇ ਨਾ ਮੈਨੂੰ ਮੈਂ ਆਪਣੇ ਟੀਚਰ ਨੂੰ ਇਹ ਗੱਲ ਪੁੱਛੀ ਸੀ ਵੀ ਇਹ ਪਾਪੂਲਰ ਕਿਉਂ ਹੋ ਗਿਆ ਕਹਿੰਦੇ ਪੁੱਤਰ ਬਾਹਰੋਂ ਬੁਲਾ ਕੇ ਲਿਆ ਕਿਸੇ ਬੱਚੇ ਨੂੰ ਅਤੇ ਮੈਨੂੰ ਨਾਲੇ ਬਿਠਾ ਲਿਆ ਕਹਿੰਦੇ ਇਹਨੂੰ ਗਾਲਾਂ ਸਿਖਾ 2 ਮਿੰਟ 'ਚ ਸਿੱਖ ਗਿਆ ਅਤੇ ਕਹਿੰਦੇ ਹੁਣ ਇਹਨੂੰ 5 ਪੌੜੀਆਂ ਦਾ ਪਾਠ ਸਿਖਾ ਅਤੇ ਉਹ ਮੈਨੂੰ ਹਫ਼ਤਾ ਲੱਗ ਗਿਆ ਚੰਗੀ ਗੱਲ ਸਿਖਾਉਣੀ ਹਮੇਸ਼ਾ ਮੁਸ਼ਕਿਲ ਕਹਿੰਦੇ ਗਲਤ ਚੀਜ਼ ਦਾ ਪ੍ਰਚਾਰ ਬੜੀ ਛੇਤੀ ਹੋ ਜਾਂਦਾ ਦੂਸਰੀ ਗੱਲ ਈਸਟ ਇੰਡੀਆ ਕੰਪਨੀ ਜਿਹਨੇ ਸਮਾਨ ਵੇਚਣ ਉਹਨੂੰ ਧੱਕੇ ਨਾਲ ਪ੍ਰਚਾਰ 'ਚ ਲਿਆਉਂਦਾ ਜਰਮਨ ਸਾਜ਼ ਹਾਂਜੀ ਐਲੈਗਜ਼ੈਂਡਰ ਡੇਬੈਨ ਨੇ ਬਣਾਇਆ ਸੀ ਇਹ ਆਸਟਰੀਆ ਵਿੱਚ ਇਨਵੈਂਟ ਹੋਇਆ ਸੀ ਜਰਮਨ ਮੂਲ ਦੇ ਬੰਦੇ ਨੇ ਤੇ ਹੁਣ ਜਿਹੜੇ ਜਰਮਨ ਸਟੂਡੈਂਟ ਨੇ ਮੇਰੇ ਉਹ ਵਜਾਉਂਦੇ ਨੇ ਸਰੰਦੇ ਤੇ ਤਾਊਸ ਤੇ ਦਿਲਰੁਬਾ ਅਸੀਂ ਵਜਾਉਂਦੇ ਆ ਮਾੜੀ ਗੱਲ ਨਹੀਂ ਦੇਖੋ ਜੀ ਮੇਰੇ ਖਿਆਲ 'ਚ ਸਾਜ਼ ਜਿਹੜਾ ਹੈ ਨਾ ਉਹ ਯੰਤਰ ਹੈ ਨਹੀਂ ਮੇਰਾ ਤਾਂ ਸਵਾਲ ਹੋ ਰਿਹਾ ਨਾ ਭਰਾ ਸਾਹਿਬ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਰਾਗਾਂ ਦੇ ਨਿਰਧਾਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜੇ ਰਾਗ ਦਿੱਤੇ ਨੇ ਬਿਲਕੁਲ ਗੁਰੂ ਦਾ ਜਿਵੇਂ ਤੁਸੀਂ ਕਹਿ ਕੇ ਹਟੇ ਹੋ ਨਾ ਸ਼ਬਦ ਵੀ ਗੁਰੂ ਨੇ ਦਿੱਤੇ ਸਾਨੂੰ ਰਾਗ ਵੀ ਦਿੱਤੇ
ਅਤੇ ਹੁਣ ਜਦੋਂ ਉਹ ਰਾਗ ਦੇ ਤੇ ਅਤੇ ਰਾਗਾਂ ਦੇ ਨਿਰਧਾਰਿਤ ਜਿਹੜੇ ਕੀਰਤਨ ਕਰਨਾ ਹੈ, ਜਿਹੜੇ ਤਾਂਤੀ ਸਾਜਾਂ ਤੋਂ ਬਿਨਾਂ ਕੀਰਤਨ ਕਰ ਰਹੇ ਨੇ ਜਿਹੜੇ ਰਾਗੀ, ਕੀ ਉਹ ਰਾਗਾਂ ਦੇ ਨਿਰਧਾਰਿਤ ਕੀਰਤਨ ਕਰ ਰਹੇ ਨੇ ਹਾਰਮੋਨੀਅਮ ਦਾ? ਨਹੀਂ, ਬਿਲਕੁਲ ਮੇਰੇ ਖਿਆਲ 'ਚ ਸ੍ਰੀ ਰਾਗ ਜਿਹੜਾ ਵਾਜੇ 'ਤੇ ਕਿੱਧਰ ਐਂਟਰ ਹੋਜੂ, ਜਦੋਂ ਉਹਦੀ ਮਾਈਕਰੋਟੋਨ ਥੋੜ੍ਹੀ ਜਿਹੀ ਜਿਹੜੀ ਗ੍ਰਾਮ ਅਤੇ ਮੂਰਛਣਾ ਦਾ ਚੱਕਰ ਹੈ ਜੀ, ਜਦ ਲੱਗ ਹੀ ਨਹੀਂ ਸਕਦੀ ਉਹ ਸ੍ਰੀ ਰਾਗ ਗਾਇਆ ਹੀ ਨਹੀਂ ਜਾ ਸਕਦਾ ਵਾਜੇ 'ਤੇ, ਜਾਂ ਕਾਨੜਾ ਗਾਇਆ ਹੀ ਨਹੀਂ ਜਾ ਸਕਦਾ, ਗੁਜਰੀ ਗਾਇਆ ਹੀ ਨਹੀਂ ਜਾ ਸਕਦਾ, ਟੋਟੀ ਗਾਇਆ ਹੀ ਨਹੀਂ ਜਾ ਸਕਦਾ, ਗ੍ਰਹਿ ਸੁਰ ਜਿਹੜਾ ਗੁਰੂ ਮਹਾਰਾਜ ਕਹਿੰਦੇ ਧਨਾਸਰੀ ਮਹੱਲਾ ਪੰਜਵਾਂ ਘਰ ਪੰਜਵਾਂ, ਹੁਣ ਫਸ ਗਏ, ਹੁਣ ਵਾਜਾ ਥੋੜ੍ਹੀ ਐਡਜਸਟ ਹੋਣਾ, ਉੱਥੇ ਤਾਂ ਸਾਨੂੰ ਉਂਗਲੀ ਮਾੜੀ ਜਿਹੀ ਇੱਦਾਂ ਕਰਨੀ ਪੈਂਦੀ ਤਾਂ ਮਾਈਕਰੋਟੋਨ ਸੈੱਟ ਹੋ ਜਾਂਦੀ, ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ। ਹਾਂਜੀ, ਜਿਹੜੇ ਜੇ ਨੌ ਨਾਲ ਸਕਰੂ ਖੋਲ ਹੀ ਨਹੀਂ ਸਕਦਾ ਤੇ ਫਿਰ ਐਵੇਂ ਪੰਗੇ ਕਾਹਨੂੰ ਆਪਾਂ ਲੈਣੇ, ਜੁਗਾੜ ਲਾਇਆ ਜਾ ਸਕਦਾ ਜੀ। ਮੈਂ ਇਹ ਨਹੀਂ ਕਹਿੰਦਾ ਬੰਦਗੀ ਜਿਹੜੀ ਹੈ ਨਾ ਉਹ ਉਹਦੇ ਲਈ ਵਾਜਾ ਜਾਂ ਤੰਤੀ ਸਾਜ ਜ਼ਰੂਰੀ, ਮੈਂ ਇਹ ਗੱਲ ਬਿਲਕੁਲ ਨਹੀਂ ਕਹਿੰਦਾ, ਪਰ ਜਦ ਗੁਰੂਆਂ ਨੇ ਸਰੰਦੇ ਨਾਲ ਜਾਂ ਰਬਾਬ ਨਾਲ ਕੀਰਤਨ ਕੀਤਾ ਹੈ ਤੇ ਫਿਰ ਸਾਨੂੰ ਇਹਦੇ 'ਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਜੇ ਅਸੀਂ ਨਹੀਂ ਰਬਾਬ ਨਾਲ ਕੀਰਤਨ ਕਰਾਂਗੇ ਤੇ ਹੋਰ ਕੌਣ ਕਰੇ? ਮੈਂ ਸਵਾਲ ਜਿਹੜੇ ਨੇ ਹੋਰ ਵੀ ਕਰਨੇ ਨੇ, ਕਿਉਂਕਿ ਇਹਨਾਂ ਨੇ ਜਿਵੇਂ ਗੱਲ ਕੀਤੀ ਤੇ ਜਦੋਂ ਮੈਂ ਦੇਖਦਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਵੀ ਔਰ ਸਾਡੇ ਬਹੁਤ ਸਾਰੇ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਘਰਾਂ ਉੱਥੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਕੀਰਤਨ ਹੁੰਦਾ ਉਹ ਅੱਜ ਵੀ ਹਾਰਮੋਨੀਅਮ ਨਾਲ ਹੁੰਦਾ, ਅਤੇ ਜਦੋਂ ਪ੍ਰੋਫੈਸਰ ਸੁਰਿੰਦਰ ਸਿੰਘ ਇਹ ਕਹਿੰਦੇ ਨੇ ਕਿ ਉਸ ਤਰ੍ਹਾਂ ਦੀ ਜਿਹੜੀ ਗੱਲ ਹੈ, ਇੱਕ ਸੀਮਾ ਹੈ ਹਾਰਮੋਨੀਅਮ ਦੀ, ਜਿਹੜੀ ਸੀਮਾ ਕਰਕੇ ਪੂਰਨ ਤਰੀਕੇ ਨਾਲ ਉਹ ਰਾਗ ਦੇ ਵਿੱਚ ਗੱਲ ਨਹੀਂ ਹੋ ਸਕਦੀ, ਇਹ ਸਵਾਲ ਨੂੰ ਵੀ ਆਪਾਂ ਅੱਗੇ ਲੈ ਕੇ ਜਾਵਾਂਗੇ, ਲੇਕਿਨ ਹੁਣ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ।